ਨੈਸ਼ਨਲ ਮੋਟਰ ਬਾਈਕ ਟੂਰ ਨੂੰ ਬਿਜਲੀ ਮੰਤਰੀ ਗੁਰਮੀਤ ਸਿੰਘ ਦੇ ਗੜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟੂਰ ਬਠਿੰਡਾ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਰਸਤੇ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਤੱਕ ਪਹੁੰਚੇਗਾ, ਜਿਸ ਦਾ ਮੁੱਖ ਉਦੇਸ਼ ਭਾਈਚਾਰਕ ਸਾਂਝ ਤੇ ਖਰਾਬ ਹੁੰਦੇ ਹੋਏ ਵਾਤਾਵਰਨ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਹੈ। ਇਹ ਟੋਟਲ 36 ਦਿਨ ਦਾ ਟੂਰ ਹੈ। ਇਸ ਵਿੱਚ 15,000 ਕਿਲੋਮੀਟਰ ਤੈਅ ਕਰਕੇ ਬਠਿੰਡਾ ਨੂੰ ਵਾਪਸ ਪਹੁੰਚਣਗੇ। ਪੰਜਾਬੀ ਐਡਵੈਂਚਰ ਗਰੁੱਪ ਦੇ ਵੱਲੋਂ ਅੱਜ ਅਸੀਂ 9 ਸਾਥੀ ਬਠਿੰਡਾ ਤੋਂ ਸਿੰਗਾਪੁਰ ਤੱਕ ਦਾ ਸਫ਼ਰ ਜਿਹੜਾ ਹੈਗਾ ਉਹ ਸ਼ੁਰੂ ਕਰਨ ਲੱਗੇ ਹਾਂ। ਇਹਦੇ ਵਿੱਚ ਅਸੀਂ ਜਦੋਂ ਇਹ ਟੂਰ ਦਾ ਸਾਡਾ ਮੰਤਵ ਹੈ ਉਹ ਵਾਤਾਵਰਨ ਨੂੰ ਪ੍ਰਤੀ ਜਾਗਰੂਕਤਾ ਹੈ, ਲੋਕਾਂ ਨੂੰ ਅਵੇਅਰ ਕਰਨਾ ਹੈ ਜੋ ਮੌਸਮ ਦੇ ਵਿੱਚ ਬਦਲਾਵ ਆ ਰਿਹਾ ਹੈਗਾ ਤਾਂ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂਗੇ। ਇੱਕ ਜੋ ਵੱਡੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਇਹ ਅਸੀਂ ਟੂਰ ਸਮਰਪਿਤ ਕਰ ਰਹੇ ਹਾਂ ਤਾਂ ਇਹ ਟੂਰ ਜੋ ਹੈਗਾ 36 ਦਿਨਾਂ ਦਾ ਰਹੇਗਾ ਔਰ 36 ਦਿਨ ਦੇ ਵਿੱਚ ਅਸੀਂ 15,000 ਕਿਲੋਮੀਟਰ ਦਾ ਸਫ਼ਰ ਤੈਅ ਕਰਾਂਗੇ। ਤਾਂ ਅੱਜ ਇਹ ਸਫ਼ਰ ਸ਼ੁਰੂ ਕਰ ਰਹੇ ਹਾਂ ਔਰ ਇੱਥੋਂ ਚੱਲ ਕੇ ਦਿੱਲੀ, ਲਖਨਊ, ਪਟਨਾ, ਗੁਹਾਟੀ, ਸਿਲੀਗੁੜੀ, ਸਿਲਚਰ ਹੁੰਦੇ ਹੋਏ ਬਰਮਾ, ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਅਸੀਂ ਪਹੁੰਚਾਂਗੇ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਸਿੰਗਾਪੁਰ ਤੋਂ ਅਸੀਂ ਵਾਪਸੀ ਹੈਗੀ ਹੈ ਉਹ ਬਠਿੰਡਾ ਦੀ ਕਰਾਂਗੇ। ਕਿੰਨੇ ਦਿਨਾਂ ਦਾ ਤੁਹਾਡਾ ਟੂਰ ਰਹੇਗਾ ਅਤੇ ਤੁਸੀਂ ਕਿਹੜੇ ਬਾਈਕ ਦੇ ਵਿੱਚ ਚੂਜ਼ ਕਰ ਰਹੇ ਹੋ? ਇਹ ਜੋ ਟੂਰ ਹੈ ਇਹ 36 ਦਿਨ ਦਾ ਰਹੇਗਾ ਔਰ ਜੋ ਬਾਈਕ ਨੇ ਬਾਈਕ ਅਸੀਂ ਯੂਜ਼ ਕਰ ਰਹੇ ਹੈਗੇ ਹਾਂ ਰੋਇਲ ਇਨਫੀਲਡ ਔਰ ਇਹ ਤੋਂ ਇਲਾਵਾ ਜਿਹੜੇ ਦੋ ਸਾਡੇ ਕੋਲ ਬਾਈਕ ਹੈਗੇ ਨੇ ਉਹ ਬਜਾਜ ਦੇ ਹੈਗੇ ਨੇ ਅਵੈਂਜਰ। ਤਾਂ ਟੋਟਲ 5 ਬਾਈਕ ਲੈ ਕੇ ਜਾ ਰਹੇ ਹੈਗੇ ਹਾਂ ਅਤੇ 9 ਸਾਥੀ। ਇਸ ਟੂਰ ਬਾਬਤ ਕੁਛ ਪ੍ਰੇਰਣਾ ਮਿਲੀ ਤੁਹਾਨੂੰ ਕਿਤੋਂ ਮਿਲੀ ਜਾਂ ਇਹਦੇ ਬਾਰੇ ਕੁਛ ਸਪੈਸ਼ਲੀ ਕੁਛ? ਅਸਲ ਦੇ ਵਿੱਚ ਗੱਲ ਇਹ ਹੈ ਕਿ ਸਾਡੇ ਬਾਰੇ, ਪੰਜਾਬੀਆਂ ਦੇ ਬਾਰੇ ਇਹ ਧਾਰਨਾ ਬਣਾ ਦਿੱਤੀ ਗਈ ਹੈ ਪੋਲੀਟੀਸ਼ੀਅਨਾਂ ਦੇ ਵੱਲੋਂ, ਰਾਜਨੀਤਿਕ ਲੋਕਾਂ ਦੇ ਵੱਲੋਂ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਨਸ਼ੇੜੀ ਕਿਸਮ ਦੇ ਨੇ ਔਰ ਇੰਟਰਨੈਸ਼ਨਲੀ ਸਾਡੀ ਜਿਹੜੀ ਹੈਗੀ ਹੈ ਕਾਫੀ ਬਦਨਾਮੀ ਕੀਤੀ ਗਈ ਹੈ ਪੰਜਾਬੀਆਂ ਦੀ ਨੇਤਾਵਾਂ ਦੇ ਵੱਲੋਂ। ਤਾਂ ਅਸੀਂ ਜਿਹੜੀ ਪੰਜਾਬੀਆਂ ਦੀ ਪਹਿਚਾਣ ਜਿਹੜੇ ਸਿੰਘਾਂ ਦੀ ਕੌਮ ਦੇ ਵਿੱਚੋਂ ਅਸੀਂ ਅਤੇ ਕਿਸੇ ਤੋਂ ਘੱਟ ਨਹੀਂ ਹਾਂ, ਉਹ ਅਸੀਂ ਉਹ ਆਪਣੀ ਜੋ ਸਾਹਸੀ ਕੌਮ ਹੈ ਉਹਦਾ ਪਰਿਚਾ ਦੇਣ ਚੱਲੇ ਹਾਂ ਕਿ ਇਹ ਜਿਹੜੀ ਕੌਮ ਹੈ ਇਵੇਂ ਫਾਲਤੂ ਦੇ ਵਿੱਚ ਬਦਨਾਮ ਕੀਤਾ ਗਿਆ, ਨਸ਼ੇੜੀ ਇਹ ਹਰ ਤਬਕੇ ਦੇ ਵਿੱਚ ਨੇ, ਹਰ ਕੈਟਾਗਰੀ ਦੇ ਵਿੱਚ ਨੇ। ਤਾਂ ਉਹ ਜੇ ਇਕੱਲੇ ਆਪਾਂ ਪੰਜਾਬੀਆਂ ਨੂੰ ਕਹਿ ਦਈਏ ਪੰਜਾਬੀ ਨਸ਼ੇੜੀ ਨੇ ਤਾਂ ਇਹ ਬਿਲਕੁਲ ਗਲਤ ਗੱਲ ਹੈ, ਕਿਉਂਕਿ ਸਾਰੇ ਸਟੇਟਾਂ ਦੇ ਵਿੱਚ ਹੈਗਾ ਨਸ਼ਾ ਹਰ ਤਰ੍ਹਾਂ ਦਾ ਚੱਲਦਾ ਹੈ। ਪਰ ਜੇ ਇਕੱਲੇ ਪੰਜਾਬੀ ਨੂੰ ਆਪਾਂ ਗੱਲ ਕਹਿ ਦਈਏ ਕਿ ਇਹ ਨਸ਼ੇੜੀ ਨੇ ਤਾਂ ਉਹ ਗਲਤ ਗੱਲ ਹੈ, ਇਹ ਸਾਡੇ ਦੇ ਉੱਤੇ ਮੱਥੇ ਦੇ ਉੱਤੇ ਜੋ ਲੱਗਿਆ ਕਲੰਕ ਹੈ ਉਹ ਅਸੀਂ ਧੋਣ ਦਾ ਯਤਨ ਕਰਾਂਗੇ। ਸਿੰਘ ਚੱਠਾ ਜੀ, ਚੱਠਾ ਸਾਹਿਬ, ਅੱਜ ਦਾ ਤੁਸੀਂ ਇਹ ਇੱਕ ਉਦੇਸ਼ ਲੈ ਕੇ ਚੱਲੇ ਹੋ, ਇਹ ਕੀ ਤੁਹਾਡੇ ਮਨ ਸੋਚ ਆਈ ਅਤੇ ਕੀ ਇਹਦਾ ਮੰਤਵ? ਇਹ ਬੜਾ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਲਈ। ਪੰਜਾਬ ਦੇ ਵਿੱਚ ਜਿਹੜੀ ਸਾਡੀ ਜਵਾਨੀ ਹੈ, ਸਾਡੇ ਨੌਜਵਾਨ ਬੱਚੇ ਨੇ, ਉਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਬਾਹਰ ਜਾਣ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ, ਅਤੇ ਇਸ ਤਰੀਕੇ ਨਾਲ ਜਿਹੜੀ ਸਾਡੇ ਬੱਚਿਆਂ ਦੇ ਵਿੱਚ ਨਾ ਇੱਕ ਪ੍ਰੇਰਣਾ ਦੇਣਾ ਜਿਹੜਾ ਮੁੱਖ ਮਕਸਦ ਹੈ ਕਿ ਬੱਚੇ ਹੈ ਜਿਹੜੇ ਸਾਡੇ ਉਹ ਯਾਤਰਾਵਾਂ ਅਤੇ ਗਿਆਨ ਇਕੱਠਾ ਕਰਨ ਦਾ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਦਿੱਤਾ ਹੈ, ਸਾਰੀ ਦੁਨੀਆ ਦੀ ਯਾਤਰਾ ਕਰਕੇ ਉਸਨੇ ਗਿਆਨ ਇਕੱਠਾ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਸੰਕਲਨ ਕੀ ਕਰਕੇ ਦਿੱਤਾ ਹੈ। ਪਰ ਇਹ ਸਾਡਾ ਜਿਹੜਾ ਮੇਨ ਮਕਸਦ ਇਸ ਯਾਤਰਾ ਦਾ ਹੈ ਉਹ ਨੌਜਵਾਨਾਂ ਨੂੰ ਸੰਦੇਸ਼ ਹੈ, ਨੌਜਵਾਨਾਂ ਨੂੰ ਇਸ ਸੰਦੇਸ਼ ਦੇਣ ਦਾ ਮਤਲਬ ਕਿ ਜਿਹੜੇ ਸਾਡੇ ਬੱਚੇ ਹੈ ਉਹ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਵੱਖ ਵੱਖ ਜਿਹੜੀਆਂ ਇਸ ਤਰ੍ਹਾਂ ਦੀਆਂ ਯਾਤਰਾਵਾਂ ਨੇ ਉਹਨਾਂ ਦੇ ਵਿੱਚ ਸਾਡੇ ਬੱਚਿਆਂ ਦਾ ਕੋਈ ਇੰਟਰਸਟ ਹੀ ਨਹੀਂ ਹੈ, ਅਤੇ ਇਹ ਜਿਹੜੀ ਯਾਤਰਾ ਹੈ ਇਹ ਬੱਚਿਆਂ ਦੇ ਵਿੱਚ ਨਵੀਂ ਚੇਤਨਤਾ ਭਰੇਗੀ, ਨਵਾਂ ਗਿਆਨ ਪੈਦਾ ਕਰੇਗੀ, ਨਵੀਂ ਦਿਲਚਸਪੀ ਪੈਦਾ ਕਰੇਗੀ। ਇਹ ਚਿਣਗ ਲਾਉਣ ਦਾ ਸਾਡਾ ਜਿਹੜਾ ਮੇਨ ਮਕਸਦ ਹੈ ਅਤੇ ਇਹਦੇ ਵਿੱਚ ਅਸੀਂ ਲੈ ਕੇ ਚੱਲੇ ਹਾਂ, ਭਾਵੇਂ ਵਾਤਾਵਰਨ ਜਿਹਦੇ 'ਚ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ, 550 ਸਾਲਾ ਸਾਡੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸ਼ਤਾਬਦੀ ਦਿਵਸ ਨੂੰ ਸਮਰਪਿਤ ਅਸੀਂ ਇਹ ਪ੍ਰੋਗਰਾਮ ਕੀਤਾ, ਅਤੇ ਇਸ ਕਰਕੇ ਸਾਡਾ ਮੇਨ ਮਕਸਦ ਹੈ ਜੇ ਨੌਜਵਾਨਾਂ ਦੇ ਵਿੱਚ ਯਾਤਰਾਵਾਂ ਪ੍ਰਤੀ ਦੇਸ਼ਾਂ ਸੰਤਰਾਂ ਦੀ ਜਿਹੜੀ ਹੈਗੀ ਆ ਉਹ ਇਕੱਠੇ ਹੋ ਕੇ ਯਾਤਰਾ ਕਰਨ ਦੀ ਜਿਹੜੀ ਹੈਗੀ ਹੈ ਉਹ ਰੁਚੀ ਨੂੰ ਪੈਦਾ ਕਰਨਾ ਸਾਡਾ ਮੇਨ ਮਕਸਦ ਹੈ।